ਪੰਜਾਬ ਭਰ ਚ ਧਰਨੇ ਪ੍ਰਦਰਸ਼ਨ ਚੱਲ ਰਿਹਾ ਹੈ ਅਧਿਆਪਕ ਕੱਚੇ ਅਧਿਆਪਕ ਬੇਰੋਜ਼ਗਾਰ ਅਧਿਆਪਕ ਸਭ ਧਰਨੇ ਤੇ ਹੈ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਸਰਕਾਰ ਕੋਈ ਬਾਹਰ ਨਹੀਂ ਫੜਾ ਰਹੀ ਅੱਜ ਵਿਜੇਂਦਰ ਸਿੰਘਲਾ ਵੱਲੋਂ ਮੀਟਿੰਗ ਕੀਤੀ ਗਈ ਈਟੀਟੀ ਸਿਲੈਕਟਡ ਸੀ ਜੋ ਅਧਿਆਪਕ ਉਹਨਾਂ ਨਾਲ ਵੀ ਮੀਟਿੰਗ ਹੋਈ ਤੇ ਪੀਟੀਆਈ ਜੋ ਨਵੀਂ ਯੂਨੀਅਨ ਹੈ ਉਹਨਾਂ ਨਾਲ ਵੀ ਮੀਟਿੰਗ ਹੋਈ ਗੱਲਬਾਤ ਕਰਦੇ ਈਟੀਟੀ ਸਿਲੈਕਟਡ ਯੂਨੀਅਨ ਨਾਲ ਕੀ ਗੱਲਬਾਤ ਹੋਈ ਵਿਜੇਂਦਰ ਸਿੰਘ ਨਾਲ ਤੁਹਾਡੀ ਮੀਟਿੰਗ ਹੋਈ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਜਗਜੀਤ ਸਿੰਘ ਮੋਗਾ 2364 ਜਿਹੜੀ ਸਿਲੈਕਟਡ ਅਧਿਆਪਕ ਸਾਡਾ ਜੇ ਦੇਖੋ 6 ਮਾਰਚ 2020 ਨੂੰ ਸਰਕਾਰ ਨੇ 2344 ਡੀ ਪੋਸਟਾ ਕਢੀਆਂ ਸੀਗੀਆਂ ਔਰ ਪੋਸਟਾ ਨਿਕਲੇ ਨੂੰ ਡੇਢ ਸਾਲ ਹੋ ਗਿਆ ਲੱਗਦਾ ਹੈ ਅਜੇ ਤੱਕ ਸਾਨੂੰ ਨਿਯੁਕਤੀ ਪੱਤਰ ਨਹੀਂ ਮਿਲੇ ਪਿਛਲੇ 7 ਮਹੀਨਿਆਂ ਤੋਂ ਸਾਰਾ ਪ੍ਰੋਸੈਸ ਕੰਪਲੀਟ ਹੋਣ ਦੇ ਬਾਵਜੂਦ ਵੀ ਸਾਨੂੰ ਨਿਯੁਕਤੀ ਪੱਤਰ ਨਹੀਂ ਮਿਲੇ ਜਿਹਦੇ ਕਰਕੇ ਸਾਨੂੰ ਜਿਹੜਾ ਹੈਗਾ ਇੱਥੇ ਪ੍ਰਦਰਸ਼ਨ ਕਰਨੇ ਪੈ ਰਹੇ ਹੈਗੇ ਔਰ ਅੱਜ ਸਾਡੀ ਮੀਟਿੰਗ ਹੋਈ ਹੈ ਮਾਨਯੋਗ ਸਖਿਆ ਮੰਤਰੀ ਜੀ ਵਿਜੇਂਦਰ ਸਿੰਘਲਾ ਜੀ ਨਾਲ ਔਰ ਉਹਨਾਂ ਨੇ ਦੇਖੋ ਹੱਲ ਕਰਨ ਦਾ ਪ੍ਰੋਮਿਸ ਦਿੱਤਾ ਜਲਦੀ 7 ਮਹੀਨਿਆਂ ਤੋਂ ਸਾਨੂੰ ਇੱਕ ਕੋਰਟ ਕੇਸ ਕਰਕੇ ਲੰਮਕਾਇਆ ਜਾ ਰਿਹਾ ਹੈਗਾ ਭਰਤੀ ਨੂੰ ਲੰਮਕਾਇਆ ਜਾ ਰਿਹਾ ਹੈਗਾ ਸਾਡੀ ਇੱਕੋ ਮੰਗ ਸੀ ਕਿ ਜਿਹੜਾ ਡਿਪਾਰਟਮੈਂਟ ਦੇ ਅਗੇਂਸਟ ਕੇਸ ਲੱਗੇ ਹੋਏ ਹੈਗੇ ਜਿਹੜੇ ਡਿਪਾਰਟਮੈਂਟ ਜਲਦੀ ਇਸ ਤੇ ਪ੍ਰਤੀਕਿਰਿਆ ਕਰੇ ਔਰ ਕੋਰਟ ਤੇ ਰਿਪਲਾਈ ਕਰੇ ਤਾਂ ਕਿ ਜਿਹੜਾ ਹੈਗਾ ਭਰਤੀ ਦਾ ਪ੍ਰੋਸੈਸ ਸ਼ੁਰੂ ਹੋ ਸਕੇ ਤਾਂ ਜੋ ਜੋ ਵੀ ਮਸਲੇ ਹੋ ਸਕਦੇ ਤਕਨੀਕੀ ਪੱਖ ਬਾਰੇ ਗੱਲਬਾਤ ਹੋਈ ਹੈਗੀ ਔਰ ਉਹਨਾਂ ਨੇ ਜਲਦੀ ਆਸ਼ਵਾਸਨ ਦਵਾਇਆ ਹੈ ਕਿ ਆਉਣ ਵਾਲੀਆਂ ਜਿਹੜੀਆਂ ਹੈਗੀਆਂ ਤਰੀਕਾਂ ਦੇ ਵਿੱਚ ਹੀਅਰਿੰਗ ਦੇ ਵਿੱਚ ਜਲਦੀ ਜਲਦੀ ਤੁਹਾਡਾ ਹੱਲ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਹੀ ਪ੍ਰੋਸਸ ਦਵਾਇਆ ਤੁਹਾਡੀ ਸਾਡ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਕੋਈ ਹਿੱਲਾ ਨਹੀਂ ਨਿਕਲਿਆ ਫਿਰ ਹੈ ਹਾਂਜੀ ਹਾਂਜੀ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਾਡੀ ਸੀਐਮ ਹਾਊਸ ਵੇਖੇ ਮੀਟਿੰਗ ਹੋਈ ਸੀਗੀ ਔਰ ਉਹਦੇ ਵੀ ਉਹਨਾਂ ਨੇ ਜਿਹੜਾ ਹੈਗਾ ਬਿਲਕੁਲ ਸਾਨੂੰ ਆਸ਼ਵਾਸਨ ਦਵਾਇਆ ਸੀ ਪੂਰਾ ਕਿ ਮੈਂ ਜਲਦੀ ਜਿਹੜਾ ਹੈਗਾ ਜੀ ਸਭ ਨੂੰ ਫੋਨ ਕਰਕੇ ਤੁਹਾਡੇ ਚੱਲ ਰਹੇ ਕਿਸਾਨ ਨਪਟਾਰਾ ਕਰਵਾ ਕੇ ਜਿਹੜਾ ਹੈਗਾ ਭਰਤੀ ਜਲਦੀ ਪੂਰੀ ਕਰਾਵਾਂਗੇ ਪਰੰਤੂ ਹਲੇ ਤੱਕ ਉਹਨਾਂ ਵੱਲੋਂ ਕੋਈ ਬਿਆਨ ਨਾ ਕੋਈ ਐਕਸ਼ਨ ਨਾ ਕੋਈ ਸਾਹਮਣੇ ਨਹੀਂ ਆਇਆ ਮਤਲਬ ਵੀਜੇਂਦਰ ਸਿੰਘਲਾ ਦਾ ਐਗਜੈਕਟ ਵਰਡ ਕੀ ਸੀਗੇ ਅਜਿਹੇ ਡੇ ਐਗਜ਼ੈਕਟ ਵਰਡ ਉਹਨਾਂ ਨੇ ਬਲਕ ਕਹਿੰਦੇ ਸੀ ਤੁਹਾਡੀ ਭਰਤੀ ਲਈ ਬਿਲਕੁਲ ਸੁਹਿਰਦੇ ਹੈਗੇ ਜਾਂ ਜਲਦੀ ਪੂਰੀ ਕਰਨੀ ਚਾਹੁੰਦੇ ਹੈਗੇ ਆ ਪਰੰਤੂ ਕੋਰਟ ਕੇਸ ਕਰਕੇ ਲੰਮਕਿਆ ਹੋਇਆ ਜਦੋਂ ਹੀ ਕੋਰਟ ਦੇ ਵਿੱਚੋਂ ਮਸਲਾ ਹੱਲ ਹੁੰਦਾ ਨਾਲ ਹੀ ਤੁਹਾਨੂੰ ਨਿਯੁਕਤੀ ਪੱਤਰ ਜਾਰੀ ਕਰਾਂਗੇ ਹਾਂ ਲੱਗਦਾ ਕਿ ਨਿਭੜ ਜੂਗਾ ਵਕੀਲ ਕੰਮ ਕਰਨਗੇ ਸਰਕਾਰ ਦੇ ਗੱਲ ਇਹ ਵੀ ਸਰਕਾਰੀ ਵਕੀਲ ਪਹਿਲੀਆਂ 7 ਤਰੀਕ ਨੂੰ ਲੰਘ ਚੁ ਗਿਆ 8ਵੀਂ ਤਰੀਕ ਆ ਜੇ ਇਹ ਏਜੀ ਸਾਹਿਬ ਪਹਿਲਾਂ ਹੀ ਸੀਰੀਅਸਲੀ ਲੈਂਦੇ ਤਾਂ ਮੈਨੂੰ ਲੱਗਦਾ ਹੁਣ ਤੱਕ ਦਾ ਕਦੋਂ ਦਾ ਕੰਮ ਨਿਭੜ ਸਕਦਾ ਸੀਗਾ ਸੋ ਦੇਖੋ ਆਸ਼ਵ ਅਸਵਨ ਦਾਇਆ ਹੈਗਾ ਤੇ ਕਿਹੋ ਜਿਹਾ ਸਮ ਲਿਖਤੀ ਪ੍ਰੋਸਤਾ ਕੁਝ ਨਹੀਂ ਮਿਲੇ ਦੇਖੋ ਸਰ ਸਿਰਫ ਗੱਲਾਂ ਹੀ ਆ ਜਿੰਉ ਤੱਕ ਹਲੜੀ ਹੁੰਦਾ ਹੈਗਾ ਸਿਰਫ ਬੱਲ ਆ ਰਹੀ ਹੈ ਕਹਿ ਲੋ ਠੀਕ ਹਾਂ ਇਹ ਤੁਸੀਂ ਪੀਟੀਆਈ ਦੇ ਆਪਕੀ ਵੀ ਹੈਗੇ ਆ ਜੋ ਪਰਤੀ ਦੇ ਲਈ ਉਡੀਕ ਕਰ ਰਹੇ ਆਪਣੀ ਕੀ ਗੱਲਬਾਤ ਹੋਈ ਤੁਹਾਡੀ ਵੀ ਵਿਜੇਂਦਰ ਸਿੰਘ ਨਾਲ ਮੀਟਿੰਗ ਹੋਈ ਸੀ ਸਰ ਮੇਰਾ ਨਾਮ ਜਸਵੀਰ ਸਿੰਘ ਘਲੋਟੀ ਆ ਜੀ ਮੈਂ ਨਵੀਂ ਬੇਰੁਜ਼ਗਾਰ ਪੀਟੀਆਈ ਯੂਨੀਅਨ ਦਾ ਸੂਬਾ ਪ੍ਰਧਾਨ ਆ ਜੀ ਅੱਜ ਜਿਹੜੀ ਸਾਡੀ ਆ ਐਜੂਕੇਸ਼ਨ ਮਨਿਸਟਰ ਸਾਹਿਬ ਨਾਲ ਮੀਟਿੰਗ ਹੋਈ ਆ ਅੰਦਰ ਉਹਦੇ ਵਿੱਚ ਕਾਫੀ ਜਿਹੜਾ ਹੈਗਾ ਉਹਨਾਂ ਵੱਲੋਂ ਜਿਹੜੇ ਪੋਜ਼ਿਟਿਵ ਵਿਊ ਦਿੱਤੇ ਗਏ ਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਪੀਟੀ ਦੀਆਂ ਪੋਸਟਾਂ ਐ ਉਹ ਖੁਦ ਸਰਕਾਰ ਵੀ ਚਾਹੁੰਦੀ ਆ ਕਿ ਜਿਹੜੇ ਸਕੂਲਾਂ ਦੇ ਵਿੱਚ ਪੀਟੀ ਮਾਸਟਰ ਲੱਗਣ ਕਿਉਂਕਿ ਬੱਚਿਆਂ ਨੂੰ ਜਿਹੜਾ ਹੈਗਾ ਮੌਡ ਤੋਂ ਆਪਾਂ ਜਿਹੜਾ ਗੇਮਾਂ ਵੱਲ ਪ੍ਰਪੇਅਰ ਕਰ ਸਕੀਏ ਸੋ ਉਹਦੇ ਚੱਲਦੇ ਆ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜਾ ਆਪਣਾ ਪ੍ਰਪੋਜ਼ਲ ਵਗੈਰਾ ਥੋੜਾ ਬਣਾ ਕੇ ਰੱਖਿਆ ਹੋਇਆ ਏ ਥੋੜੀਆਂ ਜਿਹੜੀਆਂ ਫਾਈਨੈਂਸ ਦੀਆਂ ਦਿੱਕਤਾਂ ਆ ਰਹੀਆਂ ਨੇ ਉਹ ਕਲੀਅਰ ਹੋਣ ਤੇ ਤੁਹਾਨੂੰ ਜਿਹੜੀਆਂ ਤੁਹਾਡੀਆਂ 5000 ਪੋਸਟਾਂ ਉਹ ਜਿਹੜੀਆਂ ਹੈਗੀਆਂ ਤੁਹਾਨੂੰ ਥੋੜੀਆਂ-ਥੁੜੀਆਂ ਕਰਕੇ ਜਿਹੜੀਆਂ ਹੈਗੀਆਂ ਉਹ ਜ਼ਰੂਰ ਦਿੱਤੀਆਂ ਜਾਣਗੀਆਂ ਜੀ ਕਿੰਨੇ ਟੋਟਲ ਦੇ ਅਪਕ ਹੈਗੇ ਪੀਟੀਆਈ ਦੇ ਸਾਡੇ ਜਿਹੜੇ ਜੀ ਟੋਟਲ ਜਿਹੜੇ ਬੇਰੁਜ਼ਗਾਰ ਅਧਿਆਪਕਾ 20000 ਪਲੱਸ ਆ ਜੀ ਅਸੀਂ ਜਿਹੜੀ ਹੁਣ ਪੋਸਟਾਂ ਦੀ ਮੰਗ ਕਰ ਰਹੇ ਹਾਂ ਕਿਉਂਕਿ ਅਸੀਂ ਇੱਕ ਟੀਚਰ ਹਾਂ ਅਸੀਂ ਵੀ ਸਮਝਦੇ ਹਾਂ ਕਿ ਸਰਕਾਰ ਦੀਆਂ ਦਿੱਕਤਾਂ ਹੁੰਦੀਆਂ ਉਹਨਾਂ ਦਿੱਕਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਜਿਹੜੀ 5000 ਨਵੀਂ ਪੋਸਟ ਜਿਹੜੀ ਹੈਗੀ ਉਹਦੀ ਮੰਗ ਕਰ ਰਹੇ ਹਾਂ ਜੀ ਸਰਕਾਰ ਤੋਂ ਕੋਤਕ ਪ੍ਰੋਸੈਸ ਤੇ ਕੋ ਉਹ ਪੋਸਟ ਉਹ ਵੀ ਉਹ ਵਿਊ ਦਿੱਤਾ ਹੈ ਕਿ ਤੁਹਾਡੀਆਂ ਪੋਸਟਾਂ ਦਾ ਜਿਹੜਾ ਪ੍ਰਪੋਜ਼ਲ ਬਣਿਆ ਹੋਇਆ ਹੈ ਔਰ ਜਿਹੜੀ ਫਾਈਨੈਂਸ ਮਿਨਿਸਟਰ ਵੱਲੋਂ ਥੋੜੀ ਜੀ ਸਾਨੂੰ ਜਿਹੜੀ ਹੈਗੀ ਤੱਕ ਲੱਗ ਰਹੀ ਆ ਸੋ ਕੋਸ਼ਿਸ਼ ਸਾਡੀ ਇਹ ਆ ਕਿ ਉਹ ਵੀ ਅਸੀਂ ਆਪ ਦਾ ਰਾਸਤਾ ਕਲੀਅਰ ਕਰੀਏ ਕਿਉਂਕਿ ਅਸੀਂ ਜਿਹੜੀਆਂ ਹੈਗੀਆਂ ਫਿਜ਼ੀਕਲ ਦੀਆਂ ਸਪੈਸ਼ਲ ਪੜਾਈਆਂ ਕਰਕੇ ਜਿਹੜਾ ਹਣ ਸ਼ੜਕਾਂ ਦੇ ਧਰਨੇ ਲਾਉਣੋਂ ਬਚਣਾ ਚਾਹੁੰਦੇ ਆ ਕਿਉਂਕਿ ਉਹਦੇ ਨਾਲ ਆਮ ਜਿਹੜੀ ਪਬਲਿਕ ਤੰਗ ਹੁੰਦੀ ਆ ਸਾਡਾ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਹੈ ਅਸੀਂ ਆਪਣੀਆਂ ਭੈਣਾਂ ਨੂੰ ਨਾਲ ਲੈ ਕੇ ਸੜਕਾਂ ਤੇ ਬੈਠਦੇ ਆ ਸਾਡੇ ਤੇ ਜਿਹੜਾ ਪੁਲਿਸ ਵੱਲੋਂ ਮਜਬੂ ਜਾਣ ਸਾਨੂੰ ਸਾਡਾ ਰੋਜਗਾਰ ਮਿਲ ਜੇ ਤਾਂ ਕਿ ਅਸੀਂ ਜਿਹੜਾ ਪੰਜਾਬ ਦੀ ਨੀਤੀ ਕੈਪਟਨ ਸਾਹਿਬ ਬਣਾ ਰਹੇ ਆ ਵਦੋ ਪੰਜਾਬ ਖੇਡੋ ਪੰਜਾਬ ਉਹਦੇ ਵਿੱਚ ਅਸੀਂ ਵੀ ਜਿਹੜਾ ਹੈਗਾ ਆਪਣਾ ਹਿੱਸਾ ਪਾ ਸਕੀ ਜੀ ਅਗਲੀ ਕੋਈ ਮੀਟਿੰਗ ਦਾ ਦਿੱਤਾ ਸੱਦਾ ਪੱਤਰ ਵੀ ਆਪਾਂ ਇਨੀ ਤਰ੍ਹਾਂ ਮੀਟਿੰਗ ਕਰ ਲੈਨੇ ਤੁਹਾਡਾ ਪ੍ਰਪੋਜ਼ਲ ਤੁਹਾਨੂੰ ਦਿਖਾ ਦਾਂਗੇ ਹਾਂਜੀ ਸਾਨੂੰ ਥੋੜੇ ਟਾਈਮ ਦਾ ਹੀ ਮੰਤਰੀ ਸਾਹਿਬ ਵੱਲੋਂ ਜਿਹੜਾ ਹੈਗਾ ਉਹ ਵਾਦਾ ਕੀਤਾ ਗਿਆ ਕਿ ਤੁਸੀਂ ਜਿਹੜਾ ਆਪਣਾ ਥੋੜੇ ਟਾਈਮ ਚ ਥੋੜੀ ਨਾਲ ਦੁਬਾਰਾ ਮੀਟਿੰਗ ਕਰਕੇ ਜਿਹੜਾ ਹੈਗਾ ਤੁਹਾਡਾ ਅਗਲਾ ਪ੍ਰੋਸੈਸ ਤੁਹਾਨੂੰ ਦੱਸ ਦੱਸ ਦਿੱਤਾ ਜਾਊਗਾ ਜੀ ਤਾਂ ਮੀਟਿੰਗ ਜਰੂਰ ਹੋਈਏ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਭਰੋਸਾ ਮਿਲਿਆ ਚਾਹੇ ਸਿਲੈਕਟਡ ਯੂਨੀਅਨ ਹੋਵੇ ਚਾਹੇ ਬੇਰੁਜ਼ਗਾਰ ਜੋ ਪੀਟੀਆਈ ਹੈਗੇ ਮਾਸਟਰ ਉਹਨਾਂ ਨੂੰ ਹੋਵੇ ਪਰ ਲਗਾਤਾਰ ਸਿਰਫ ਭਰੋਸੇ ਮਿਲਦੇ ਆ ਪਰ ਹਜੇ ਤੱਕ ਨੌਕਰੀ ਨੂੰ ਸਾਰੇ ਹੀ ਤਰਸਦੇ ਆ ਕੈਮਰਾ ਪਰਸਨ ਵਿンテージ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ